ਪੰਜਾਬ ਪੁਲਿਸ ਅਕਸਰ ਆਏ ਦਿਨ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸੇ ਤਰ੍ਹਾਂ ਪਿੰਡ ਚੌਕਵਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਹ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਲੋਕਾਂ ਵੱਲੋਂ ਪੁਲਿਸ ਦੀ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਪਾਰਟੀ ਵੱਲੋਂ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਰੇਡ ਕੀਤੀ ਗਈ ਸੀ, ਜਿੱਥੇ ਕਿ ਪੁਲਿਸ ਵਾਲਿਆਂ ਅਤੇ ਘਰ ਵਾਲਿਆਂ ਦੇ ਆਪਸ ਵਿੱਚ ਬਹਿਸ ਹੋ ਗਈ ਅਤੇ ਘਰ ਵਾਲਿਆਂ ਨੇ ਗੇਟ ਬੰਦ ਕਰਕੇ ਪੁਲਿਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਮੌਕੇ ਮਹਿਲਾ ਪੁਲਿਸ ਕਰਮੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਇਸ 'ਤੇ ਕਾਰਵਾਈ ਕਰਦੇ ਹੋਏ SSP ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਾਬਕਾ ਸਰਪੰਚ ਕਾਲਾ, ਅਮਨਦੀਪ ਸਿੰਘ, ਗਗਨਦੀਪ ਸਿੰਘ ਅਤੇ ਹੋਰ ਵੀ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡੋਪ ਟੈਸਟ ਕਰਾਓ ਇਹਨਾਂ ਦੇ, ਇਹ ਰੱਜੇ ਸਾਲੇ ਮੇਰੇ, ਡੋਪ ਟੈਸਟ ਕਰਾਓ ਇਹਨਾਂ ਦੇ ਸਾਰਿਆਂ ਦੇ। ਨਹੀਂ ਕੁੜੀ ਲਗਾ ਇੱਦਾਂ ਹੀ
ਕੰਮ ਵਧੇ ਆ ਜਦੋਂ ਕਿ ਚੰਗੇ ਭਲੇ ਬੰਦੇ ਨੂੰ ਤੁਸੀਂ ਗੈਂਗਸਟਰ ਬਣਾਉਂਦੇ ਜੇ ਚੰਗੇ ਭਲੇ ਬੰਦੇ ਨੂੰ ਗੈਂਗਸਟਰ ਤੁਸੀਂ ਬਣਾਉਂਦੇ ਜੇ ਤੁਸੀਂ ਕੰਜਰੋ ਤੇਰੀ ਵਰਦੀ ਦੀ ਇੱਜ਼ਤ ਕਰਦੇ ਹਾਂ ਪਰ ਵਰਦੀ ਵੀ ਇਹੋ ਜਿਹੇ ਕੁੱਤੇ ਬੰਦੇ ਆ ਨਾ ਇਹਨਾਂ ਦੀ ਨਹੀਂ ਇੱਜ਼ਤ ਕਰਦੇ ਨਾ ਸਾਨੂੰ ਕਰਨੀ ਆਉਂਦੀ।